ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਮਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਦੀ ਆਉਣ ਵਾਲੀ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਬਾਰੇ ਬੇਨਤੀ ਕਰਨ ਇੱਥੇ ਆਏ ਆ ਜੀ ਅਸੀਂ ਸਾਡੀ ਸਮੁੱਚੀ ਹੀ ਸਲੇਟ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਸਮਰਪਿਤ ਹੈ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਹੋਰ ਸਚੱਜਾ ਤੇ ਪਾਰਦਰਸ਼ੀ ਬਣਾਵਾਂਗੇ ਜੀ ਪਾਰਦਰਸ਼ੀ ਬਣਾਉਣ ਦੀ ਅਸੀਂ ਵਚਨਬੱਧਤਾ ਦਿੰਦੇ ਹਾਂ ਜੀ ਅਸੀਂ ਇੱਥੇ ਹਰ ਸਰਪ੍ਰਦਾਤਾ ਨੂੰ ਸਮਾਪਰਚਾਰ ਹੀ ਪ੍ਰਚਾਰਕਾਂ ਨੂੰ ਇੱਥੇ ਅਸੀਂ ਗੁਰੂ ਘਰ ਦੀ ਸਟੇਜ ਤੋਂ ਉਹਨਾਂ ਦਾ ਅਸੀਂ ਸਨਮਾਨ ਕਰਾਂਗੇ ਉਹਨਾਂ ਦਾ ਬੰਦ ਦਾ ਸਤਿਕਾਰ ਕਰਾਂਗੇ ਇੱਥੇ ਹਰ ਤਰ੍ਹਾਂ ਦੇ ਪੜ੍ਹੇ ਲਿਖੇ ਸੂਝਵਾਨ ਪ੍ਰਚਾਰਕਾਂ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਏਗਾ ਜੀ ਗੁਰੂ ਘਰ ਦੀ ਸਟੇਜ ਤੋਂ ਅਸੀਂ ਬਜ਼ੁਰਗਾਂ ਦੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਾਂਗੇ ਜਾਂ ਹੋਰ ਕਮਿਊਨਿਟੀ ਦੀਆਂ ਜ਼ਰੂਰਤਾਂ ਜਿਵੇਂ ਖੁਸ਼ੀ ਗਮੀ ਦੇ ਮੌਕੇ ਤੇ ਉਹਨਾਂ ਸਾਰੀਆਂ ਹੀ ਜ਼ਰੂਰਤਾਂ ਦਾ ਅਸੀਂ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਸਾਡੀ ਕਮੇਟੀ ਵੱਲੋਂ ਅਸੀਂ ਖਾਲਸਾ ਸਕੂਲ ਦੇ ਵਿੱਚ ਜਿਹੜੀਆਂ ਗਰਾਊਂਡਾਂ ਹਨ ਉਹਨਾਂ ਨੂੰ ਬਣਾਉਣ ਦੇ ਵਾਸਤੇ ਤੇ ਜਿਹੜੇ ਹੋਰ ਸਾਡੇ ਹਾਕੀ ਦੇ ਜਾਂ ਹੋਰ ਕਲੱਬ ਨੇ ਕੈਲਗਰੀ ਦੇ ਉਹਨਾਂ ਦੀਆਂ ਲੋੜਾਂ ਦਾ ਅਸੀਂ ਵਿਸ਼ੇਸ਼ ਧਿਆਨ ਰੱਖਾਂਗੇ ਉਹਨਾਂ ਦੇ ਮਤਾਬਕ ਅਸੀਂ ਗਰਾਊਂਡਾਂ ਉਪਲਬਧ ਕਰਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਜੀ ਸਾਡੀ ਪੂਰੀ ਹੀ ਟੀਮ ਪੂਰੀ ਸੰਗਤ ਦੇ ਸਹਿਯੋਗ ਨਾਲ ਉਹਨਾਂ ਦਾ ਸਾਥ ਲੈ ਕੇ ਹੀ ਸਾਰੇ ਕਾਰਜਾਂ ਨੂੰ ਨੇਪਰੇ ਚਾੜੇਗੀ ਜੀ ਸਾਥ ਸੰਗਤ ਦਾ ਸਾਨੂੰ ਸਹਿਯੋਗ ਬਹੁਤ ਜ਼ਰੂਰੀ ਹੋਵੇਗਾ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਹੀ ਤੁਰਾਂਗੇ 2018 ਦੇ ਵਿੱਚ ਜਦੋਂ ਅਸੀਂ ਚਾਰਜ ਲਿਆ ਸੀਗਾ ਸਾਡੇ ਸਾਹਮਣੇ ਬੜੇ ਚੈਲੰਜਸ ਸੀਗੇ ਮੁਸ਼ਕਲਾਂ ਸੀਗੀਆਂ ਤੇ ਸਭ ਤੋਂ ਪਹਿਲਾਂ ਤਾਂ ਬਜ਼ੁਰਗਾਂ ਵਾਸਤੇ ਜਿਹੜੇ ਬੈਂਚ ਲਾਏ ਗਏ ਸੀਗੇ ਉਹਦੇ ਵਿੱਚ ਵੀ ਸਾਨੂੰ ਮੁਸ਼ਕਲ ਆਈ ਪੰਤੋੜ ਵੀ ਕੀਤੀ ਗਈ ਤੇ ਪਰ ਅਸੀਂ ਫਿਰ ਵੀ ਉਹ ਇੱਕ ਦੋ ਵੀ ਕਲਾ ਕੇ ਆਪ ਸਿਕਿਉਰਿਟੀ ਕਰਕੇ ਉੱਥੇ ਲੱਗੇ ਰਹੇ ਤੇ ਸਕੂਲ ਦੇ ਵਿੱਚ ਕਾਫੀ ਸੁਧਾਰ ਦੀ ਲੋੜ ਸੀਗੀ ਕਲੀਨ ਅਪ ਵਗੈਰਾ ਦੇ ਜਿਹੜੇ ਠੇਕੇ ਸੀਗੇ ਉਹਨਾਂ ਦੇ ਕੋਟੇਸ਼ਨ ਨਹੀਂ ਸੀ ਕਦੀ ਲੈ ਗਏ ਉਹ ਕੋਟੇਸ਼ਨ ਲੈ ਤੇ ਸਕੂਲ ਦੇ ਵਿੱਚ ਜਿਹੜਾ ਪੁਰਾਣਾ ਜਿਮ ਸੀਗਾ ਉੱਥੇ ਬਹੁਤ ਹੀ ਸੋਹਣਾ ਰਿਸੋਰਸ ਸੈਂਟਰ ਬਣਾਇਆ ਗਿਆ ਇਸੇ ਨਾਲ ਹੀ ਖਾਲਸਾ ਸਕੂਲ ਦੇ ਨਾਲ ਲੱਗਦੀਆਂ ਜਿਹੜੀਆਂ ਰੋਕੀਵੀਆਂ ਦੀਆਂ ਜਮੀਨ ਸੀਗੀ ਉਸ ਨੂੰ 10 ਡਾਲਰ ਪ੍ਰਤੀ ਸਾਲਾਨਾ ਜਿਹੜਾ ਲੀਸ ਤੇ ਲਿਆ ਗਿਆ 4 ਏਕੜ ਹੈਗੇ ਆ ਤੇ 10 ਸਾਲ ਦੀ ਜਿਹੜੀ ਲੀਸ ਸਾਈਨ ਕੀਤੀ ਆ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਡਰੇਨ ਦੀ ਬੜੀ ਪ੍ਰੋਬਲਮ ਆਦੀ ਬੜਾ ਮੁਸ਼ਕਲ ਹਾਂ ਸੀ ਪੱਖੇ ਨਹੀਂ ਸੀ ਚੱਲਦੇ ਹੈਲਥ ਵਾਲੇ ਨਹੀਂ ਪ੍ਰੋਬਲਮ ਸੀ ਪਿੱਛੇ ਸ਼ੈੱਡ ਦੀ ਲੋੜ ਸੀ ਬਜ਼ੁਰਗਾਂ ਪਾਸੇ ਬਜ਼ੁਰਗਾਂ ਜਿਹੜਾ ਸੀਨੀਅਰ ਸੈਂਟਰ ਉਹਦੇ ਵੱਲ ਪਾਸੇ ਜਿਹੜੀ ਸ਼ੈੱਡ ਦੀ ਲੋੜ ਸੀ ਉਹ ਸਾਰੇ ਕੰਮਾਂ ਨੂੰ ਜਿਹੜਾ ਮੁਕੰਮਲ ਕੀਤਾ ਗਿਆ ਤੇ 18 ਦੇ ਵਿੱਚ ਹੀ ਜਿਹੜੀ ਆ ਸ੍ਰੀ ਅਕਾਲ ਤਖਤ ਨੂੰ ਸਮਰਪਤ ਜਿਹੜੀ ਪੰਥਕ ਪੰਥ ਪ੍ਰਵਾਨਿਤ ਰਹਿਤ ਮਰਿਆ ਦਾ ਉਸ ਨੂੰ ਵੀ ਲਾਗੂ ਕੀਤਾ ਗਿਆ ਤੇ ਮੈਂ ਆਪਣੇ ਕੰਮਾਂ ਬਾਰੇ ਕਿਉਂਕਿ ਅੱਜ ਅਸੀਂ ਨਵੀਂ ਸਲੇਟ ਬਾਰੇ ਆਏ ਆਂ ਤੇ ਅਸੀਂ ਸੋਚਦੇ ਸੀ ਵੀ ਕਿਹੜਾ ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਗਾਂਹ ਤੋਰ ਸਕਦਾ ਕਿਉਂਕਿ ਜਿਹੜੀਆਂ ਨਾਲ ਦੀ ਜ਼ਮੀਨ ਐ ਗੁਰਦੁਆਰਾ ਸਾਹਿਬ ਦੇ ਉੱਥੇ ਕਾਫੀ ਇੱਕ ਨਵਾਂ ਗੁਰਦੁਆਰਾ ਹੋਰ ਬਣ ਸਕਦਾ ਜੋ ਕਿ ਜਿੰਨੀਆਂ ਵੀ ਧਾਰਮਿਕ ਲੋੜਾਂ ਨੇ ਜਾਂ ਸਾਡੀਆਂ ਸਮਾਜਿਕ ਲੋੜਾਂ ਨੇ ਉਹਨਾਂ ਨੂੰ ਸੌਖੇ ਹੀ ਪੂਰਾ ਕਰ ਸਕਦਾ ਤੇ ਉਹਦਾ ਉਹਦੀ ਡਰਾਇੰਗ ਰਫਨ ਵਗੈਰਾ ਹੋਈ ਆ ਤੇ ਸਾਨੂੰ ਚਾਹੀਦਾ ਸੀਗਾ ਵੀ ਜਿਹੜਾ ਅੱਗੇ ਕੈਂਡੀਡੇਟ ਜਾਂ ਜਿਹੜੀ ਸਮੁੱਚੀ ਸਲੀਟ ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਗਾਂ ਤੋੜ ਸਕੇ ਤੇ ਅਮਨਪ੍ਰੀਤ ਸਿੰਘ ਹੁਣੀ ਮੇਰੇ ਖਾਲ 25-30 ਸਾਲ ਤੋਂ ਇੱਥੇ ਰਹਿ ਰਹੇ ਨੇ ਨੇ এডਿਕੇਸ਼ਨ ਵੀ ਇੱਥੇ ਲਈ ਆ ਤੇ ਕੰਸਟ੍ਰਕਸ਼ਨ ਬਿਜ਼ਨਸ ਦੇ ਵਿੱਚ ਆ ਜਦੋਂ ਵੀ ਕਿਤੇ ਕੰਸਟ੍ਰਕਸ਼ਨ ਦਾ ਕੰਮ ਹੋਇਆ ਇਹਨਾਂ ਨੂੰ ਆਵਾਜ਼ ਮਾਰੀ ਆ ਦੋਨੋਂ ਭਰਾ ਜਿਹੜੇ ਇਹ ਧੋੜੇ ਆ ਔਰ ਇਹਨਾਂ ਨੇ ਭਾਰੀ ਜਿਹੜੀਆਂ ਸਵਾਮਾ ਕੰਸਟ੍ਰਕਟ ਦੇ ਵਿੱਚ ਸਹਾਇਤਾ ਕੀਤੀ ਨਗਰ ਕੀਰਤਨ ਦੇ ਵਿੱਚ ਸਪੋਰਟ ਕਰਦੇ ਰਹੇ ਨੇ ਇਸੇ ਤਰ੍ਹਾਂ ਭਾਈ ਬਲਜਿੰਦਰ ਸਿੰਘ ਹੁਣੀ ਇਹਨਾਂ ਦਾ ਸਟੇਜ ਤੇ ਕਾਫੀ ਐਕਸਪੀਰੀਅੰਸ ਹੈ ਬੱਚੇ ਆ ਜਿਹੜੀ ਸਾਡੇ ਨਾਲ ਹੀ ਗੁੱਡੀ ਖੜੀ ਆ ਅਕਾਉਂਟਿੰਗ ਦਾ ਜਿਹੜਾ ਕੋਰਸ ਕਰੇ ਸੋ ਅਸੀਂ ਇਹਨਾਂ ਨਾਲ ਸਾਰਿਆਂ ਨੇ ਮਿਲ ਕੇ ਵੀ ਆਹ ਕੰਮ ਨੇ ਆ ਅਸੀਂ ਪਿੱਛੇ ਕੀਤੇ ਨੇ ਤੇ ਇਹਨਾਂ ਨੂੰ ਗਾਂ ਤੁਸੀਂ ਤੋੜਨਾ ਤੇ ਸਾਰਿਆਂ ਨੇ ਮਿਲ ਕੇ ਬੜੀ ਖੁਸ਼ੀ ਹੋਈ ਸਾਰੇ ਜਿਹੜੇ ਨੇ ਉਹਨਾਂ ਕੰਮਾਂ ਨੂੰ ਗਾਂ ਤੋੜਨ ਦੇ ਲਈ ਵਚਨਬੱਧ ਨੇ ਤੇ ਇਸੇ ਲਈ ਦਾਸ ਅਤੇ ਜਿੰਨੇ ਵੀ ਸਾਡੇ ਸਾਥੀ ਨੇ ਬਾਹਰ ਬੈਠੇ ਉਹਨਾਂ ਨੇ ਭਾਈ ਅਮਨਪ੍ਰੀਤ ਸਿੰਘ ਗਿੱਲ ਦੀ ਪੂਰ ਸਮੁੱਚੀ ਸਲੇਟ ਨੂੰ ਸਮਰਥਨ ਦੇ ਸਮਰਥਨ ਦੇਣ ਦਾ ਜਿਹੜਾ ਭਰੋਸਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਦਾਸ ਹਵਤਾਰ ਸਿੰਘ ਕਲੇਰ ਮੈਂ ਅਮਨਪ੍ਰੀਤ ਸਿੰਘ ਹੁਣਾਂ ਦੀ ਜੋ ਸਲੇਟ ਆ ਉਹਨਾਂ ਦੀ ਸਪੋਰਟ ਦੇ ਵਿੱਚ ਆਪਾਂ ਇੱਥੇ ਆਏ ਆ ਜੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਸਾਨੂੰ ਪਿਛਲੇ 20 22 25 ਸਾਲ ਤੋਂ ਇਸ ਚੀਜ਼ ਚ ਆਪਾਂ ਇਨਵੋਲ ਵਾਂ ਤੇ ਸਲੇਟਾਂ ਬਣਦੀਆਂ ਆਉਂਦੀ ਜਾਂਦੀਆਂ ਰਹਿੰਦੀਆਂ ਇੱਕ ਬੰਦੇ ਵੋਟਾਂ ਦੇ ਹਿਸਾਬ ਨਾਲ ਬੋਟ ਬਣਾ ਕੇ ਬੋਟ ਬੈਂਕ ਦੇ ਹਿਸਾਬ ਨਾਲ ਉਹ ਪੈਂਦੇ ਰਹਿੰਦੇ ਆ ਪਰ ਸਾਡੀ ਪੂਰੀ ਪਹਿਲੋਂ ਕੋਸ਼ਿਸ਼ ਸੀ ਵੀ ਅਸੀਂ ਇਹਨੂੰ ਜਨ ਅਨੁਸਾਰ ਲਈ ਅਸੀਂ ਜਿਹੜੀ ਬਣਾਈਏ ਕਿਉਂਕਿ ਮੈਨੂੰ ਜਦੋਂ ਦਾਸ ਤੋਂ ਆਪ ਨੂੰ ਜਿਹੜੀ ਸੇਵਾ ਮਿਲੀ ਸੀਗੀ ਉਹ ਏਸੇ ਬੇਸ ਤੇ ਮਿਲੀ ਸੀ ਸਾਡੇ ਵਾਰ ਇਲੈਕਸ਼ਨ ਨਹੀਂ ਇਥੇ ਇੱਕ ਜਿਹੜਾ ਅਫਸੋਸ ਜਿਹੜਾ ਮੈਨੂੰ ਫੀਲ ਹੋਇਆ ਉਹ ਕੀ ਸੀਗਾ ਵੀ ਜਿਹੜੇ ਸਾਡੇ ਕੈਂਡੀਡੇਟ ਆ ਉਹ ਸਾਰੇ ਜਿਹੜੇ ਸੀਗੇ ਉਹ ਕਿਸੇ ਗੱਲ ਤੇ ਪਹੁੰਚ ਜਾਂਦੇ ਸੀ ਬਾਹਰੋਂ ਜਾ ਕੇ ਜਿਹੜੇ ਸਾਡੇ ਬਾਹਰੋਂ ਭਰਾ ਪਿੱਛੋਂ ਚਲਾਉਣਾ ਚਾਹੁੰਦੇ ਆ ਕਮੇਟੀਆਂ ਨੂੰ ਉਹ ਫਿਰ ਬਾਹਰੋਂ ਉਹ ਚੀਜ਼ਾਂ ਮੁਕਰਾ ਦਿੰਦੇ ਸੀਗੇ ਇਸੇ ਅਫਸੋਸ ਦੇ ਕਾਰਨ ਜਿਹੜਾ ਹੈਗਾ ਸਾਡੇ ਕੋਈ ਆਪਸੀ ਫੈਮਿਲੀ ਰਿਲੇਸ਼ਨ ਵੀ ਹੈਗੇ ਰਿਸ਼ਤੇਦਾਰੀਆਂ ਵੀ ਹੈਗੀਆਂ ਪਰ ਉਹਨਾਂ ਨੂੰ ਛੱਡ ਕੇ ਆਪ ਸੱਚ ਦੇ ਨਾਲ ਜਿਹੜਾ ਹੈਗਾ ਖੜੇ ਆ ਤੇ ਉਹ ਮੇਰੇ ਵੀਰ ਦੂਸਰੇ ਪਾਸੇ ਉਹਨਾਂ ਨੂੰ ਪਤਾ ਆ ਮੇਰੀ ਇੱਕੋ ਹੀ ਬੇਨਤੀ ਹੋਊਗੀ ਬੀ ਇਹ ਆਪਣਾ ਡੈਮੋਕ੍ਰੇਟ ਗ੍ਰਾਈਟ ਹੈਗਾ ਆ ਠੀਕ ਆ ਇਹਨੂੰ ਆਪਾਂ ਸ਼ਾਂਤੀਪੂਰਵਕ ਜਿਹੜਾ ਹੈਗਾ ਆ ਆਪਾਂ ਲੈ ਕੇ ਚੱਲੀਏ ਤੇ ਆਪਣੀ ਬੋਟ ਦਾ ਇਸਤੇਮਾਲ ਕਰੀਏ ਜਿਹਨੂੰ ਸਪੋਰਟ ਕਰਨੀ ਕਰੋ ਤੇ ਜਿਹਨੇ ਵੀ ਮਾਰੇ ਸੇਵਾ ਦਿੰਦੇ ਆ ਤੇ ਆਪਣੀ ਪੂਰੀ ਜਿਹੜਾ ਤੈਹ ਦੇ ਨਾਲ ਸੇਵਾ ਨਵਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਲਜਿੰਦਰ ਸਿੰਘ ਸੰਧੂ ਜਿਹੜੀ ਆਉਣ ਵਾਲੀ ਗੁਰਦੁਆਰਾ ਦੀ ਇਲੈਕਸ਼ਨ ਹੋ ਰਹੀ ਆ ਉਸ ਵਿੱਚ ਭਾਈ ਅਮਨਪ੍ਰਸਿੱਧ ਕਰਨ ਦੇ ਜੋ ਸਲੀਟ ਆ ਸੱਚ ਸਖਤਰ ਤੌਰ ਤੇ ਚੋਣ ਲੜ ਰਿਹਾ ਹਾਂ ਮੇਰਾ ਖਾਸ ਕਰਕੇ ਸਖਤਰ ਦਾ ਕੰਮ ਹੁੰਦਾ ਹੈ ਸਟੇਜ ਨੂੰ ਚਲਾਉਣਾ ਚਲੋ ਮੇਰੇ ਕੋਲ ਪਹਿਲਾਂ ਤਜਰਬਾ ਵੀ ਹੈਗਾ ਪਰ ਮੈਂ ਸੰਗਤਾਂ ਨੂੰ ਇਹ ਵਚਨ ਬੱਧਾ ਦਿੰਨਾ ਹਾਂ ਪ੍ਰੋਸਤ ਦਿੰਨਾ ਕਿ ਅਸੀਂ ਕੋਈ ਵੀ ਕੰਟਰੋਵਰਸ਼ਲ ਇੱਥੇ ਜਥਾ ਨਹੀਂ ਸਦਾਂਗੇ ਹਰੇਕ ਸੰਪਰਤਾ ਨੂੰ ਹਰੇਕ ਤਰ੍ਹਾਂ ਦੇ ਜਥਾ ਨੂੰ ਸਦਾਂਗੇ ਤੇ ਜੋ ਵੀ ਅਕਾਲ ਤਖਤ ਤੋਂ ਪ੍ਰਵਾਨਤ ਹਨ ਉਹਨਾਂ ਨੂੰ ਸਦਾਂਗੇ ਤੇ ਅਸੀਂ ਚਾਹੁੰਦੇ ਹਾਂ ਕਿ ਵਧੀਆ ਪ੍ਰਚਾਰ ਹੋਵੇ ਵੱਧ ਵੱਧ ਸੰਗਤਾਂ ਗੁਰਬਾਣੀ ਨਾਲ ਗੁਰੂ ਘਰ ਨਾਲ ਜੁੜਨ ਤਾਂ ਹੀ ਸਾਡੀ ਸਿੱਖਿਆ ਅੱਗੇ ਵਧ ਸਕਦੀ ਹੈ ਤੇ ਵੱਟ ਵੱਟ ਅਮਰ ਸੰਚਾਰ ਵੀ ਕਰਾਵਾਂਗੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਇਹ ਸਾਰੀ ਸੰਗਤਾਂ ਨੂੰ ਆਪ ਜੀ ਨੂੰ ਭਰੋਸਾ ਦਿੰਦਾ ਹਾਂ ਕਿ ਆਪ ਸਾਰੇ ਸੰਗਤ ਸਾਡੇ ਤੇ ਭਰੋਸਾ ਕਰਕੇ ਸਾਨੂੰ ਆਉਣ ਵਾਲੀ 8 ਤਰੀਕ ਨੂੰ ਵੋਟਾਂ ਪੈ ਰਹੀਆਂ ਹਨ ਸਵੇਰ 8 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਾਂ ਪੈਣੀਆਂ ਹਨ ਆਉਣ ਵਾਲੀ 8 ਸਤੰਬਰ ਨੂੰ ਐਤਵਾਰ ਵਾਲੇ ਦਿਨ ਆਪ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚ ਕੇ ਵੋਟਾਂ ਪਾ ਕੇ ਸਾਨੂੰ ਸਾਰਿਆਂ ਨੂੰ ਕਾਜਮ ਕਰਨਾ ਹੈ ਅੱਗੇ ਗੁਰੂ ਮਹਾਰਾਜ ਦੀ ਕਿਰਪਾ ਕਰਨਗੇ ਕਿ ਅਸੀਂ ਜਿਵੇਂ ਸਾਥੋ ਸੇਵਾ ਲੈਣਗੇ ਉਸ ਤਰੀਕੇ ਨਾਲ ਕਰਾਂਗੇ ਤੇ ਸਾਡੀ ਔਦ ਦੇ ਵੱਲੋਂ ਸੱਚੇ ਦਿਲੋਂ ਇਹ ਕੋਸ਼ਿਸ਼ ਹੋਏਗੀ ਅਸੀਂ ਕੋਈ ਵੀ ਮਨੁੱਖ ਗਲਾ ਸ਼ਿਕਵਾ ਛੱਡ ਕੇ ਗੁਰਬਾਣੀ ਦਾ ਪ੍ਰਚਾਰ ਕਰਾਵਾਂਗੇ ਤੇ ਗੁਰੂ ਘਰ ਨਾਲ ਸੰਗਤਾਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਅਮਨਦੀਪ ਕੋਰ ਟੰਬਰ ਆਮ ਆਮ ਬੋਰਨ ਐਂਡ ਰੈਜ਼ਡ ਇਨ ਕੈਲਗਰੀ ਆਮ ਆਈ ਬੀਨ ਡੂਇੰਗ ਸੇਵਾ ਐਟ ਦਿ ਗੋਦਾਰ ਫਾਰ ਦਿ ਪਾਸ ਆਲਮੋਸਟ 8 9 ਈਅਰਸ ਆਮ ਆਮ ਸਟੈਂਡਿੰਗ ਵਿਦ ਅ ਅਮਰਪ੍ਰੀਤ ਸਿੰਘ ਬਾਜੀ ਐਜ਼ ਦ ਅਸਿਸਟੈਂਟ ਜੁਆਇੰਟ ਟ੍ਰੈਜ਼ਰ If given the chance for the upcoming election, we will try not to just improve the Godora but support our youth and seniors in the com community. <laughs>